ਲੋਕ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਲਈ ਇਕਲੌਤੀ ਸੀਟ ਜਿੱਤਣ ਵਾਲੇ ਭਗਵੰਤ ਮਾਨ ਸੰਗਰੂਰ ਤੋਂ ਦੂਸਰੀ ਵਾਰ MP ਬਣ ਕੇ ਲੋਕ ਸਭਾ ਪਹੁੰਚ ਰਹੇ ਨੇ। ਜਿੱਥੇ ਹਰ ਇੱਕ ਉਮੀਦਵਾਰ ਸੀਟ ਜਿੱਤ ਕੇ ਧਾਰਮਿਕ ਅਸਥਾਨਾਂ 'ਤੇ ਮੱਥਾ ਟੇਕਣ ਜਾਂਦੇ ਨੇ, ਉੱਥੇ ਹੀ ਭਗਵੰਤ ਮਾਨ ਸੀਟ ਜਿੱਤ ਕੇ ਸ਼ਹੀਦ ਭਗਤ ਸਿੰਘ ਦੇ ਪਿੰਡ ਖਟਕੜ ਕਲਾਂ ਵਿਖੇ ਪਹੁੰਚੇ। ਜਿੱਤ ਦੇ ਸਰਟੀਫਿਕੇਟ ਨੂੰ ਸ਼ਹੀਦ ਭਗਤ ਸਿੰਘ ਦੇ ਪੈਰਾਂ ਵਿੱਚ ਰੱਖ ਕੇ ਭਗਵੰਤ ਮਾਨ ਨੇ ਸ਼ਹੀਦਾਂ ਨੂੰ ਨਮਨ ਕੀਤਾ ਅਤੇ ਮੁਸਲਮਾਂ ਦੀ ਆਵਾਜ਼ ਚੁੱਕਣ ਦਾ ਵਾਅਦਾ ਕੀਤਾ। ਮੈਂ ਬਹੁਤ ਵੱਡਾ ਪਹਿਲੇ ਦਿਨੋਂ ਹੀ ਮੈਂ ਉਹਨਾਂ ਦਾ ਫੈਨ ਹਾਂ। ਜਦੋਂ ਮੈਂ ਕਲਾਕਾਰ ਸੀ ਤਾਂ ਹਰ ਸਾਲ ਮੈਂ ਨਵੀਂ ਗੱਡੀ ਲੈ ਲੈਂਦਾ ਸੀ, ਪੈਸੇ ਕਮਾਉਂਦਾ ਸੀ, ਟੈਕਸ ਭਰਦਾ ਸੀ ਅਤੇ ਕਾਰ ਦਾ ਸ਼ੌਕ ਸੀਗਾ ਮੈਨੂੰ। ਤਾਂ ਜਦੋਂ ਵੀ ਨਵੀਂ ਗੱਡੀ ਲੈਂਦਾ ਸੀ ਮੈਂ ਤਾਂ ਆਮ ਤੌਰ 'ਤੇ ਨਵੀਂ ਗੱਡੀ ਨੂੰ ਲੈ ਕੇ ਲੋਕ ਆਪਣੇ ਆਪਣੇ ਜਿਹੜੇ ਵੀ ਇਸ਼ਟ ਨੂੰ ਮੰਨਦੇ ਨੇ ਧਰਮ ਨੂੰ ਉੱਥੇ ਜਾਂਦੇ ਨੇ। ਪਰ ਮੈਂ ਜਦੋਂ ਵੀ ਨਵੀਂ ਗੱਡੀ ਲੈਂਦਾ ਸੀ ਤਾਂ ਸ਼ੋਅਰੂਮ 'ਚੋਂ ਗੱਡੀ ਨਿਕਲਣ ਸਾਰ ਮੈਂ ਖਟਕੜ ਕਲਾਂ ਆਉਂਦਾ ਸੀ ਅਤੇ ਆ ਕੇ ਜੱਦੀ ਘਰ ਗੱਡੀ ਖੜਾ ਕੇ ਮੈਂ ਮੱਥਾ ਟੇਕਦਾ ਸੀ ਕਿ ਤੁਹਾਡੇ ਵਰਗੇ ਯੋਧਿਆਂ ਕਰਕੇ ਅਸੀਂ ਕਾਰਾਂ ਮੋਟਰ ਗੱਡੀਆਂ ਵਾਲੇ ਹੋ ਗਏ ਅਤੇ ਕੋਠੀਆਂ ਵਾਲੇ ਹੋ ਗਏ। ਜੇ ਤੁਸੀਂ ਨਾ ਹੁੰਦੇ ਤਾਂ ਸ਼ਾਇਦ ਇੱਥੇ ਅਸੀਂ ਗੁਲਾਮ ਹੋਣਾ ਸੀ ਇੱਥੇ ਗੁਰਦੁਆਰਿਆਂ ਦੇ। ਵੀਰੋ ਤਾਂ ਮੈਂ ਉੱਥੇ ਜਾ ਕੇ ਮੈਂ ਪਿਛਲੀ ਵਾਰ ਵੀ 16 ਮਈ ਨੂੰ ਪਿਛਲੀ ਵਾਰ ਰਿਜ਼ਲਟ ਆਇਆ ਸੀ 2014 'ਚ ਅਤੇ 17 ਮਈ ਨੂੰ ਮੈਂ ਸਰਟੀਫਿਕੇਟ ਜਿਹੜਾ ਲੈ ਕੇ ਇੱਥੇ ਆਇਆ ਸੀਗਾ ਪ੍ਰਭਾਸ ਸਮੇਤ। ਆਮ ਤੌਰ 'ਤੇ ਜਦੋਂ ਵੀ ਕੋਈ ਜਿੱਤਦਾ ਤਾਂ ਸਰਟੀਫਿਕੇਟ ਮਿਲਦਾ ਜਦੋਂ DC ਵੱਲੋਂ, ਤਾਂ ਉਹ MP ਜਿਹੜਾ ਜਾਂ MLA ਉਹ ਆਪਦੇ ਪ੍ਰਧਾਨ ਦੇ ਘਰ ਜਾਂਦਾ ਅਤੇ ਉਹਦੀ ਝੋਲੀ ਦੇ ਵਿੱਚ ਸਰਟੀਫਿਕੇਟ ਪਾਉਂਦਾ ਜੀ, ਪ੍ਰਧਾਨ ਜੀ ਆਹ ਸੀਟ ਜਿੱਤ ਕੇ ਮੈਂ ਤੁਹਾਡੀ ਝੋਲੀ ਪਾਤੀ। ਪਰ ਮੇਰਾ ਪ੍ਰਧਾਨ ਭਗਤ ਸਿੰਘ ਹੈ, ਮੈਂ ਉਹਦੀ ਉਹਦੇ ਪੈਰਾਂ ਦੇ ਵਿੱਚ ਮੈਂ ਸਰਟੀਫਿਕੇਟ ਰੱਖ ਕੇ ਮੈਂ ਇਹ ਆਪਣੇ ਦਿਲ 'ਚ ਅਰਦਾਸ ਕੀਤੀ ਹੈ ਮੈਂ ਕਿ ਸਮਤ ਬਖਸ਼ੀ, ਬਲ ਬਖਸ਼ੀ। ਮੈਨੂੰ ਪਤਾ ਇਹ ਸਰਟੀਫਿਕੇਟ ਜਿਹੜਾ MP ਦਾ ਇਹ ਸ਼ਹੀਦ ਭਗਤ ਸਿੰਘ ਵਾਲਾ ਠੁੱਡਾ ਨਹੀਂ ਮਾਰਦੇ ਹੈ ਜੀ MP ਤੇ, ਉਹ ਬਹੁਤ ਛੋਟੀ ਚੀਜ਼ ਹੈ ਤਾਂ ਸਰਟੀਫਿਕੇਟ ਤਾਂ। ਪਰ ਮੈਂ ਉਸੇ ਸਭਾ 'ਚ ਹੀ ਜਾ ਰਿਹਾ ਜਿਸ ਸਭਾ ਦੇ ਵਿੱਚ ਇਹ ਖੜਕਾ ਕਰਨ ਵਾਲੇ ਬੰਬ ਸੁੱਟ ਕੇ ਗੋਰੀਆਂ ਸਰਕਾਰ ਜਿਹੜੀ ਸੀ ਬੋਲੀਆਂ ਸਰਕਾਰਾਂ ਦੇ ਕੰਨ ਖੋਲਦੇ ਰਹੇ ਹੈ, ਮੈਂ ਉਸੇ ਸਭਾ 'ਚ ਜਾ ਰਿਹਾ ਅਤੇ ਮੈਂ ਜ਼ੁਬਾਨ ਦੇ ਬੰਬਾਂ ਨਾਲ ਉੱਥੇ ਸਰਕਾਰਾਂ ਦੇ ਬੋਲੀਆਂ ਦੇ ਕਾਰਨ ਕੰਨ ਖੋਲੂੰਗਾ। ਇਸ ਮਗਰੋਂ ਪੰਜਾਬ ਵਿੱਚ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਵੀ ਮੀਡੀਆ ਨਾਲ ਰੂਬਰੂ ਹੋਏ ਅਤੇ ਉਹਨਾਂ ਨੇ ਕਾਂਗਰਸ ਅਤੇ ਕੈਪਟਨ ਅਮਰਿੰਦਰ ਸਿੰਘ ਤੇ ਨਿਸ਼ਾਨਾ ਸਾਧਿਆ। ਕਰਪਟ ਲੋਕਾਂ ਦੇ ਵਿਚਾਲੇ ਘਿਰ ਗਏ ਨੇਗੇ, ਉਹਨਾਂ ਨੂੰ ਪਤਾ ਲੱਗ ਰਿਹਾ ਇੱਕ ਚੰਗੇ ਕੰਮ ਕੌਣ ਕਰ ਸਕਦਾ ਜਾਂ ਕੌਣ ਨਹੀਂ ਕਰ ਸਕਦਾ। ਉਹ ਨਵਜੋਤ ਸਿੱਧੂ ਜਿਹੜਾ ਹੈਗਾ ਕਿਤੇ ਨਾ ਕਿਤੇ ਪੰਜਾਬ ਨੂੰ ਬਚਾਉਣ ਦੀ ਗੱਲ ਕਰਦਾ ਜਾਂ ਪੰਜਾਬ ਚੰਗੇ ਕੰਮ ਕਰਨ ਦੀ ਗੱਲ ਕਰਦਾ, ਉਹਨੂੰ ਜਿਹੜੀ ਜੁੰਡਲੀ ਆ ਉਹ ਰੋਕਣਾ ਚਾਹੁੰਦੀ ਚੰਗੇ ਕੰਮ ਕਰਨ ਤੋਂ। ਕੈਪਟਨ ਸਾਹਿਬ ਦਾ ਸੀ ਜੀ ਮੈਂ ਪੰਜਾਬ ਦੇ ਵਿੱਚੋਂ ਲੋਕ ਸਭਾ ਦੀਆਂ ਇਲੈਕਸ਼ਨ 'ਚ ਨਹੀਂ ਜਿੱਤਦਾ ਅਤੇ ਮੈਂ ਅਸਤੀਫਾ ਦੇਵਾਂ, ਤੁਹਾਨੂੰ ਲੱਗਦਾ ਕਿ ਤੁਸੀਂ ਦੇਖੋ ਕੈਪਟਨ ਸਾਹਿਬ ਬਿਲਕੁਲ ਨਹੀਂ ਜਿੱਤੇ, ਕੈਪਟਨ ਸਾਹਿਬ ਹਾਰ ਚੁੱਕੇ, ਉਹਨਾਂ ਨੇ 13-13 ਫਾਰਮੂਲਾ ਕਹਿੰਦੇ ਮੈਂ 13 ਜਿੱਤੂੰਗਾ। ਸੋ ਕੈਪਟਨ ਸਾਹਿਬ ਨੂੰ ਤੁਰੰਤ ਅਸਤੀਫਾ ਦੇਣਾ ਚਾਹੀਦਾ, ਉਹ ਆਪਣੀ ਨੈਤਿਕਤਾ 'ਤੇ ਕਾਇਮ ਰਹਿਣ, ਖੜ੍ਹੇ ਰਹਿਣ, ਆਪਣੀ ਗੱਲ 'ਤੇ ਖੜ੍ਹਦੇ, ਜਿਹੜੀ ਉਹਨੇ ਗੱਲ ਕੀਤੀ ਸੀ ਪੰਜਾਬ ਦੇ ਲੋਕਾਂ 'ਤੇ ਖੜ੍ਹ ਆ ਕੇ ਅਸਤੀਫਾ ਦੇਣ, ਹੁਣ ਕਿਉਂ ਭੱਜ ਰਹੇ ਨੇਗੇ। ਜਿੱਥੇ ਆਮ ਆਦਮੀ ਪਾਰਟੀ ਆਪਣੇ ਵਜੂਦ ਲਈ ਲੜਾਈ ਲੜ ਰਹੀ ਹੈ, ਉੱਥੇ ਕਾਂਗਰਸ ਵੀ ਆਪਣੇ ਅੰਦਰੂਨੀ ਕਲੇਸ਼ਾਂ ਤੋਂ ਬਾਹਰ ਨਹੀਂ ਨਿਕਲ ਰਹੀ। ਅਜਿਹੇ ਵਿੱਚ ਪੰਜਾਬ ਦੀ ਵਾਗਡੋਰ ਅਤੇ ਵਿਕਾਸ ਕਿਸ ਪਾਸੇ ਜਾਵੇਗਾ, ਇਹ ਸਵਾਲ ਚਿੰਤਾ ਵਾਲਾ ਬਣਿਆ ਹੋਇਆ ਹੈ। ਨਵਾਂ ਸ਼ਹਿਰ ਤੋਂ ਸੁਖਜਿੰਦਰ ਸੁੱਖਾ ਦੀ ਰਿਪੋਰਟ, ਡੇਲੀ ਪੋਸਟ ਪੰਜਾਬੀ। ਕੈਨੇਡਾ SDS ਪ੍ਰਣਾਲੀ ਦੇ ਅੰਦਰ 1 ਸਾਲ ਦੀ ਫੀਸ, 1 ਸਾਲ ਦੀ GIC ਅਤੇ IELTS ਵਿੱਚ 6 ਈਚ ਬੈਂਡ ਹੁਣ ਲਾਜ਼ਮੀ ਕਰ ਦਿੱਤੇ ਗਏ ਹਨ। ਸੋ ਜੇ ਤੁਸੀਂ ਸਪਟੈਂਬਰ SDS ਸਕੀਮ ਤਹਿਤ ਅਪਲਾਈ ਕਰਨਾ ਚਾਹੁੰਦੇ ਹੋ, ਅੱਜ ਹੀ ਕੰਟੈਕਟ ਕਰੋ 92563 92563।